ਰਹਿਮਾਨ ਰਹੀਮ ਅਸਲਾਮੁ ਅਲੈਕਮ। ਵੇਖ ਰਹੇ ਹੋ ਤੁਸੀਂ ਆਪਣਾ ਕਰਨਾਲਾ ਚੈਨਲ ਅਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਇਰਫਾਨ। ਭਰਾਵਾਂ ਵਾਸਤੇ ਰੋਜ਼ਾਨਾ ਦੀ ਨਵੀਂ ਤੀ ਨਵੀਂ ਵੀਡੀਓ ਲੈ ਕੇ ਆਵੀਦਾ। ਇਨਸ਼ਾਅੱਲਾ ਉਮੀਦ ਕਰਨਾ ਵੀਡੀਓ ਤੁਹਾਡੇ ਪਸੰਦ ਆਵੇਗੀ। ਤੁਸੀਂ ਲਾਈਕ ਵੀ ਕਰੋ ਦੇ, ਸ਼ੇਅਰ ਵੀ ਕਰੋ ਦੇ, ਔਰ ਵੀਡੀਓ ਇਸਦਾ ਇੰਤਜ਼ਾਰ ਵੀ ਹੁੰਦਾ ਹੈ। ਜੁੰਮਾ ਵਾਰ ਹੈ ਅਤੇ ਜਨਾਬ ਇੱਕ ਸ਼ਾਮ ਦੀ ਵੀਡੀਓ ਹੈ ਅਤੇ ਮੈਂ ਅੱਜ ਜ਼ਰਾ ਦੱਸ ਦੇਣਾ। ਦੋਵਾਂ ਤਿੰਨਾਂ ਦੋਸਤਾਂ ਨੇ ਕਾਲ ਕੀਤੀ ਕਿ ਡਿਸਟ੍ਰਿਕਟ ਕਿਹੜਾ ਜਨਾਬ, ਡਿਸਟ੍ਰਿਕਟ ਗੁਜਰਾਤ ਹੈ ਇਹਨਾਂ ਦਾ ਅਤੇ ਤਹਿਸੀਲ ਜਨਾਬ ਉਹ ਵੀ ਗੁਜਰਾਤ ਹੀ ਹੈ ਅਤੇ ਗੁਜਰਾਤ ਹੀ 3 ਕਿਲੋਮੀਟਰ ਪਿੰਡ ਚੇਚੀਆਂ ਦਿੱਤੇ ਵਾਲ ਚੇਚੀਆਂ ਜਿਹੜਾ ਇਹ ਆਪਣੇ ਦੇਹੀ ਇਲਾਕੇ ਵਾਲਿਆਂ ਵਾਸਤੇ, ਬਾਕੀ ਬਾਹਰ ਵਾਲਿਆਂ ਵਾਸਤੇ ਚੇਚੀਆਂ ਹੈ। ਡਿਸਟ੍ਰਿਕਟ ਵੀ ਦੱਸ ਰਿਹਾ, ਲੋਕੇਸ਼ਨ ਪੂਰੀ ਦੱਸ ਰਹੀ ਹੈ। ਇੱਕ ਸ਼ਾਮ ਕੋਲ ਮੈਂ ਪੁੱਛ ਲੈਂਦਾ ਕਿੰਨੇ ਜਾਨਵਰ ਆਉਂਦੇ ਨੇ ਅਤੇ ਕਿੰਨੇ ਵਿਕ ਗਏ ਨੇ ਅਤੇ ਕਿੰਨੇ ਜਨਾਬ ਮੇਰੇ ਜਿਹੜੇ ਖੜ੍ਹੇ ਨੇ, ਬੰਦੇ ਕਾਫੀ ਬੈਠੇ ਨੇ, ਮੈਨੂੰ ਨਹੀਂ ਪਤਾ ਕਿੰਨੇ ਕਿੰਨੇ ਖਰੀਦੀਏ। ਬਰ ਵਾਲੇ ਸ਼ਾਮ ਕੋਲ ਪੁੱਛ ਲੈਂਦੇ ਹਾਂ, ਕੈਮਰੇ ਅੱਗੇ ਲੈ ਆਵਾਂਗੇ ਜਿਹੜੇ ਭਰਾ ਮੌਜੂਦ ਨੇ, ਜਿਹੜੇ ਨਹੀਂ ਮੌਜੂਦ ਉਹ ਨਾ ਉਹਨਾਂ ਦਾ ਦੱਸ ਰਹੇ ਦਾ। ਆਓ ਜੀ ਸ਼ਾਮ ਸਾਹਿਬ ਜੀ, ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ ਭਾਈ ਸਾਹਿਬ, ਸੁਣਾਓ ਕੀ ਹਾਲ, ਸਰਕਾਰ ਕੀ ਹਾਲ ਹੈ, ਠੀਕ ਹੋ? ਕਰਮ ਅੱਲਾ ਦੇ, ਠੰਡ ਬੜੀ, ਅਸੀਂ ਕੀ ਸੁਣਾਣਾ ਹੈ। ਨਹੀਂ ਠੰਡ ਤੇ ਫਿਰ ਅੱਲਾ ਦੀ ਰਹਿਮਤ ਹੈ, ਗਰਮੀ ਵੀ ਬੜੀ ਪਈ ਹੈ, ਅਈਏ ਤੇ ਮਸਾਂ ਬਰਾਬਰੀ ਵੀ ਹੁੰਦੀ ਹੈ। ਅਈਏ ਤੇਰੀ ਬਰਾਬਰੀ ਹੁੰਦੀ ਹੈ, ਤੂੰ ਹੁਣ ਜੁੱਲੇ ਝੂਠਿਆ ਨਾ। ਨਹੀਂ ਨਹੀਂ ਮੈਂ, ਅੱਛਾ ਕਿਤਨੀਆਂ ਆਉਂਦੀਆਂ ਜੇ ਮੱਝਾਂ ਅੱਜ? ਅੱਜ ਸਾਹਿਬ ਮੱਝਾਂ ਤੇ ਆਉਂਦੀਆਂ ਹੀ ਤਕਰੀਬਨ ਜਿਹੜੀਆਂ ਨੇ 15 ਕੁ, ਲੇਕਿਨ ਆਪਣੇ ਡੇਰੇ ਤੇ 9 ਹੀ ਮੱਝਾਂ ਲਾਈਆਂ ਸੀ। ਅੱਛਾ ਠੀਕ ਹੈ, ਤੇ ਜਿਨ੍ਹਾਂ ਵਿੱਚੋਂ 3 ਮੱਝਾਂ ਵਿਕੀਆਂ ਨੇ, 6 ਮੱਝਾਂ, ਇਹਨਾਂ 9 ਵਿੱਚੋਂ ਵੀ 3 ਵਿਕ ਗਈਆਂ ਨੇ, 3 ਵਿਕੀਆਂ ਤੇ ਪਿੱਛੇ 6 ਬਚੀਆਂ ਨੇ, ਜਾਂ 6 ਬਚੀਆਂ ਪਹਿਲਾਂ ਵਿਕਣ ਵਾਲੀਆਂ ਪਾ ਲਈਏ ਕਿ ਜਿਹੜੀਆਂ ਵਿਕੀਆਂ ਬਾਅਦ ਵਿੱਚ ਪਾਉਂਦੇ ਆ ਨਾ? ਵਿਕੀਆਂ ਬਾਅਦ ਵਿੱਚ, ਮਾਲਕ ਇੱਥੇ ਹੀ ਨੇ ਜੀ, ਮਾਲਕ ਇੱਥੇ ਹੀ ਨੇ। ਚਲੋ ਠੀਕ ਹੈ, ਜਿਹੜੀਆਂ ਵਿਕਣ ਵਾਲੀਆਂ ਨੇ ਉਹ ਪਹਿਲਾਂ ਉਹਨਾਂ ਦੇ ਰੇਟ ਲਾ ਲੈਂਦੇ ਆ, ਠੀਕ ਹੈ? ਨੰਬਰ ਜਨਾਬ 0340-3027-107 ਨੰਬਰ ਹੈ, ਸਕਰੀਨ ਦੇ ਉੱਤੇ ਵੀ ਹੁੰਦਾ, ਲੇਕਿਨ ਮੈਂ ਫਿਰ ਬੁਲਵਾ ਦੇਣਾ। ਕਈ ਭਰਾ ਫਿਰ ਵੀ ਨੰਬਰ ਲੈਂਦੇ ਨੇ, ਮੈਂ ਤਾਬਿਆਦਾਰਾਂ ਨੰਬਰ ਦਿਆਂ ਦਾ ਕੋਈ ਐਸੀ ਗੱਲ ਨਹੀਂ। ਕਿੰਨੀਆਂ ਕੁ ਤਾਰਾਂ ਦਿੰਦੀ ਹੈ? ਰੇਟ ਵੀ ਸੋਹਣਾ ਜੇ ਦੱਸੋ ਜੀ, ਨੰਬਰ ਇੱਕ ਦਾ ਰੇਟ ਆਈ ਸਾਹਿਬ ਭਾਵੇਂ ਜਿੰਨਾ ਮਰਜ਼ੀ ਹੈ, ਪਹਿਲਾਂ ਜਿਹੜੇ ਭਰਾ ਨੂੰ ਪਸੰਦ ਆ ਜਾਣ ਜੀ। 2,20,000 ਦੀ ਛੋਟੀ ਹੈ, 2,20,000 ਦੀ ਪੱਕਾ ਦੂਜਾ ਸੂ ਹੈ ਨਾ, ਪੱਕਾ ਗਰੰਟੀ ਨਾਲ, ਠੀਕ ਹੈ? 2,20,000 ਦੀ ਮਾਝ ਖੋਲ ਲਿਆ, ਮਾਝ ਨੰਬਰ 2। ਤੇਰੀ ਮਾਝ, ਤੇਰੀ ਗਲਤੀ ਦੀ ਪਸਮੀ ਮੈਂ ਤੈਨੂੰ ਆਉਂਦਿਆਂ ਆਖਿਆ ਕਿ ਇਹਨੂੰ ਕੱਟੀ, ਇਹਦਾ ਜਿਹੜਾ ਵੀ ਜਾ ਪਿੱਛਾ ਕਰਕੇ ਬੰਨ। ਕਿੰਨੇ ਕੁ ਦਿਹਾੜੇ ਹੋ ਗਏ? ਰਾਮ ਨਾਲ ਲਿਆ, ਆਪਣਾ ਲਿਆ ਰਾਮ ਨਾਲ, ਦੋ ਦੀ ਕੱਟੀ ਧਿਆਨ ਨਾਲ ਵੇਖਣੀ ਹੈ। ਅੱਛਾ ਜੀ, ਕੱਟੀ ਇਹਦੇ ਮਗਰ, ਕੇ ਧਾਰਾਂ ਕੇ ਕੁ ਬੋਲਾ ਛੋਲਾ ਇਹਦਾ, ਬੋਲਾ ਆਈ ਸਾਹਿਬ ਇਹਦੇ ਕੋਲ ਜਿਹੜਾ ਹੈ ਜੇ ਨੋ 14 ਕਿਲੋ ਆ ਜੇ, 14 ਕਿਲੋ ਸਾਰੀ ਮਾਈ ਕੋਲ ਸਾਰੀ। ਤ੍ਰੀਜਾ ਸੂਆ ਸੂ ਦੂਜਾ ਜੀ, ਤ੍ਰੀਜਾ 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 ਅੱਛਾ, ਤ੍ਰੀਜਾ ਸੂਆ ਤੁਹਾਡੇ ਕੋਲ ਆ ਕੇ ਸੂਈ ਹੈ ਕਿ ਪਿੱਛੋਂ ਸੂਈ ਆਉਂਦੀ ਜੀ? ਬਿਲਕੁਲ ਸਾਡੇ ਕੋਲ ਦੀ ਸੂਈ, ਉੱਥੋਂ ਪਿੱਛੋਂ ਸੂਈ ਲਈ, ਸੂਈ ਹੈ, ਸੂਈ ਲਈ ਹੈ। ਚਵਾਈਆਂ 2 ਕੀਤੀਆਂ ਜੀ? ਇੱਕ ਦੋ ਮੈਂ ਕੀਤੀਆਂ ਆ ਸੁਬਾ ਨਾ, ਇਹਨਾਂ ਦਾ ਦੁੱਧ ਆ ਜੇ ਤਕਰੀਬਨ ਪਿਛਲੇ ਥਾਂ ਦਾ 5.5-6 ਕਿਲੋ, 5.5-6 ਕਿਲੋ ਬੋਲਾ ਹੀ ਬਣਿਆ। ਕੀ ਡਿਮਾਂਡ ਹੈ ਮਾਈ ਨੰਬਰ 3 ਦੀ? ਅੱਜ ਦਾ ਬੈ ਜਿਹੜੇ ਭਰਾ ਨੂੰ ਮਾਈ ਪਸੰਦ ਆਵੇ ਉਹ ਦੇਖਣ ਦਾ, 2,15,000, 2,15,000 ਦੀ ਚੋਰੀ ਆਈ, 2 ਦੀ ਥੱਲੇ ਵਾਲੀ ਗੱਲ ਕੋਈ ਨਹੀਂ ਹੈ, ਹੈ ਨੇ। ਚਲੋ ਠੀਕ ਹੈ। ਅੱਛਾ ਜੀ, 2,15,000, 2,20 ਤੇ 2, ਇਹ ਰੇਟ ਚੱਲਿਆ ਨਾ ਤ੍ਰਿਆ ਮੱਝਾਂ ਦਾ। ਮਾਈ ਨੰਬਰ 4 ਲਿਆ, ਮਾਝੇ ਖੋਲ ਯਾਰ ਕੇ, ਉਹਨਾਂ ਪਿੱਛੇ ਉਹਨਾਂ ਵੀ ਮੱਝਾਂ ਨੇ।
ਦੋਵੇਂ ਚਾਚਾ ਭਤੀਜਾ 50 ਢਣ ਦਿਓ। ਨਹੀਂ ਨਹੀਂ ਬੂਥੀ ਵਹਾ ਉਂਝ ਦੰਦ ਨਾ ਪੱਟ ਮਾਏ ਦੂਜੇ ਸੂਏ ਉਹਦੇ ਦਿਸਦੀ ਨਾ ਵੀ ਜੇ ਪੱਟਣਾ ਤਾਂ ਵੀ ਪੱਟ ਲੈ ਮੈਂ ਨੀ ਇਤਰਾਜ਼ ਕਰਦਾ। ਫਿਰ ਬੰਦੇ ਆਖਦੇ ਨੇ ਪੱਟਣ ਲਿਆ ਤੁਸੀਂ ਆਪ ਨੀ ਪੱਟਣ ਦਿੱਤਾ। ਮੂੰਹ ਦਾ ਕੰਮ ਆਉਂਦਾ ਬੂਥੀ ਵਹਾਇਆ ਕਰੋ ਮਾਏ ਦੀ ਤਸੱਲੀ ਨਾਲ। ਮਾਏ ਦਾ ਪਿੱਛਾ ਤੇ ਕੰਨ ਪੇਟਾ ਤੁਸੀਂ ਵਹਾਉਂਦੇ ਹੋ ਬੂਥੀ ਵਹਾਉਂਦੇ ਨਹੀਂ ਹੋ। ਫਿਰ ਬੂਥੀ ਵਹਾਇਆ ਕਰੋ ਮਾਏ ਪਤਾ ਲੱਗ ਜਾਂਦਾ ਕੋਈ ਗੱਲ ਨੀ ਹੈ ਜੀ। ਸੋਹਣਾ ਸੋਈ ਦਿਹਾੜੇ ਕਿੰਨੇ ਬੜੀ ਖਲੋ ਕੱਦ ਕਿੰਨਾ ਤੇਰਾ ਪੰਜ ਫੁੱਟ ਕਿੰਨਾ ਕੱਦ ਖਲੋ ਹਾਂ ਨਾਲ ਦਿਹਾੜੇ ਅਸੀਂ ਦਸ ਦਿਨ ਕੱਢ ਜਾਣੇ ਦਿਹਾੜੇ ਦਸ ਕੱਢਦੀ ਹੈ ਤੇ ਇਹ ਪਹਿਲਾਂ ਝੋਟੀ ਲਿਆ ਕੇ ਅਸੀਂ ਦਿੱਤੀ ਸੀ ਹਕੀਕਤਨ ਆਈ ਸਾਹਿਬ ਲੈਣੀ ਦੇਣੀ ਕਿਸੇ ਮੁਕਦਰਾਂ ਦੀ ਪਹਿਲਾਂ 16 ਕਿਲੋ ਦੁੱਧ ਦਿੰਦੀ ਵੇਖਣ ਵਿੱਚ ਭਾਈ ਜੀ ਦਿਹਾੜੇ ਦਸ ਕੱਢਦੀ ਹੈ ਕੋਈ ਡੇਢ ਕਿਲੋ ਨਹੀਂ ਦਿਹਾੜੇ ਦਸ 15 ਰਹਿੰਦੇ ਨੇ ਜੀ ਡੇਢ ਹੀ ਘੱਟ ਲੋਵਣ ਦੇ ਇੱਕ ਮਿੰਟ ਹੋਏ ਹਾਂਜੀ ਚੋਈ ਸਾਹਿਬ ਕੀ ਡਿਮਾਂਡ ਹੈ ਮਾਈ ਦੀ। ਅੱਜ ਸਾਹਿਬ ਮਾਈ ਦੀ ਡਿਮਾਂਡ ਕਰਨ ਵਾਲੀ ਤੇ ਨਹੀਂ ਕਿਉਂਕਿ ਮਾਝ ਬੜੀ ਚੰਗੀ ਹੈ ਲੇਕਿਨ ਅਸੀਂ ਦੱਸ ਰਹੇ ਹਾਂ ਜਿਹੜਾ ਭਰਾ ਲਏ ਨਾ ਅੱਜ ਇਹਨੂੰ ਮੁੱਲ ਜਿਕਣ ਅਗਲੀ ਮਾਏ ਦਾ ਕੀਤਾ ਹੋਵੇ ਮੈਂ ਇਹ ਨੀ ਕਰਨਾ। ਮਾਏ ਦਾ ਮੁੱਲ ਯਾਰ ਕਰਿਆ ਕਰ ਮਾੜੀ ਹੋਵੇ ਜਿਹੜਾ ਵੀ ਉਹਦਾ ਨਾਂ ਧਰਿਆ ਕਰਨਾ। ਹੁਣ ਉਸ ਮਾਝ ਦਾ ਮੈਂ ਉਹੀ ਗੱਲ ਹੋਈ ਨਾ ਉਸ ਦਿਹਾੜੇ ਤੂੰ ਮੈਂ ਤੈਨੂੰ ਆਖਿਆ ਸਵਾਰ ਕਿੱਥੇ ਤੂੰ ਵੇਚ ਸੜਨੀ ਵਿਕ ਗਈ ਮਾਝ ਲੇਕਿਨ ਮੁੱਲ ਹੋਇਆ ਹੋਵੇ ਕੋਈ ਭਰਾ ਇਤਰਾਜ਼ ਨਹੀਂ ਕਰਦਾ ਮਾਝ ਦਾ। ਮਾਝ ਨੂੰ ਗੌਰ ਨਾਲ ਵੇਖ ਲੈਣਾ ਜੀ ਮਾਝ ਮੈਂ ਵੀ ਵੇਖਣਾ ਪਿਆ ਗੌਰ ਨਾਲ ਕੈਮਰਾ ਵੀ ਗੌਰ ਨਾਲ ਫੇਰਦਾ ਪਿਆ ਕੈਮਰੇ ਵਾਲੇ ਵੀ ਭਰਾ ਵੀ ਵੇਖ ਲੈਣ ਦੇ ਜਿਹੜੇ ਵੇਖਦੇ ਨੇ ਮਾਝ ਲਿਆ ਮਾਝ ਨੂੰ ਯਾਰ ਹੋਰਾਂ ਵੇਖੀ ਮਾਝ ਨੂੰ ਲਿਆ ਹੋਰਾਂ ਤੂੰ ਲਿਆ ਵਾ ਕੈਮਰਾ ਆਪਣਾ ਕੈਮਰੇ ਦੀ ਸਫਾਈ ਲਿਆ ਹਾਂ ਜ਼ਰਾ ਕਹਿੰਦੇ ਸ਼ਾਮ ਕਹਿੰਦਾ ਮਾਂ ਇਹਨੂੰ ਹੋਰ ਨਾ ਵੇਖ ਲੈਣ ਠੀਕ ਹੈ ਇਹਦੀ ਹਾਈਟ ਉਹਦੇ ਬਰਾਬਰ ਹੈ ਉਹਦੇ ਘੱਟ ਸੀ ਹੋਰ ਹਿਸਾਬ ਦੀ ਉਹਦੀ ਹਾਈਟ ਨਹੀਂ ਉਹਦੀ ਹਾਈਟ ਹਾਈਟ ਨਹੀਂ ਵੇਖੀ ਸੀ ਗੱਲ ਵੇਖੀ ਸੀ ਉਂਝ ਇਹ ਜੋ ਜੱਪਾ ਇਹਦਾ ਹੋਰ ਹੈ ਉਹਦਾ ਉਹ ਹੋਰ ਮਾਝ ਇਹ ਮਾਝ ਹੋਰ ਹੈ ਠੀਕ ਹੈ ਇਹਦਾ ਕਿੰਨੇ ਕੁ ਦਿਹਾੜੇ ਕੱਢਦੀ ਮਾਝ ਭਾਈ ਸਾਹਿਬ ਦਿਹਾੜੇ 4 ਘੰਟੇ ਜਾਂ 5 ਘੰਟੇ ਮੇਰਾ ਤਾਂ ਕਹਿੰਦੇ ਅੱਜ ਹੀ ਸੂਪ ਹੋਵੇ ਕਿਉਂਕਿ ਮਾਝ ਜਿਹੋ ਜੀ ਮਾਝ ਨਾ ਹੀ ਜ਼ੋਰ ਲਾ ਕੇ ਪੂਰਾ ਜਿੱਦਾਂ ਸੂਏ ਵਾ ਸੂ ਕੇ ਬਣੇ ਠੀਕ ਹੈ ਤੇ ਦੂਜਾ ਸੂਆ ਸੋਣਾ ਸੀ ਦੂਜਾ ਸੂਆ ਸੋਣਾ ਸੀ ਪਹਿਲਾਂ ਦੀ ਜਿਹੜੀ ਮੇਰੇ ਕੋਲ ਇਹਦੀ ਗਰੰਟੀ ਹੈ ਨਾ 20 ਕਿਲੋ ਜੀ ਬਿਲਕੁਲ ਜਿਸ ਬੰਦੇ ਨੂੰ ਮੈਂ ਲਈ ਇਹਨਾਂ ਨੇ ਆਇਆ ਪਹਿਲਾਂ ਅੱਛਾ ਆਖਰੀ ਰਹਿ ਗਈ ਇਹ ਰੇਟ ਲਾਉਣ ਵਾਲੀ ਜੀ ਬਿਲਕੁਲ ਇਹਦਾ ਸੋਹਣਾ ਜਿਹਾ ਰੇਟ ਦੱਸੋ ਹਾਂ ਜੀ ਆਈ ਸਾਹਿਬ ਮੁੱਲ ਕਰਨ ਨੂੰ ਭਾਵੇਂ ਜਿੰਨਾ ਮਰਜ਼ੀ ਹੋ ਪਿਆ ਕਰਾਂ ਜਿਹੜਾ ਭਰਾ ਮਾਝ ਲੈ ਉਹਨੂੰ 3,65,000 ਦੀ ਮਾਝ 3,65,000 ਦੀ 3,65,000 ਪੱਕੀ ਪੱਕੀ ਕੋਈ ਪਿਆਰ ਮੁਹੱਬਤ ਤੇ ਹੋਣਾ ਹੀ ਹੈ ਨਾ ਆਈ ਸਾਹਿਬ ਪਿਆਰ ਮੁਹੱਬਤ ਵਾਲੀ ਮਾਝ ਨਹੀਂ ਜੀ ਮਾਝ ਸੱਚੀ ਗੱਲ ਹੈ 4,00,000 ਤੋਂ ਉੱਤੇ ਦੀ 4 ਦੀ ਵੀ ਉੱਤੇ ਦੀ ਜੀ ਬਿਲਕੁਲ ਮਾਝ ਮਾਝ ਤਾਂ ਕੋਈ ਬੰਦਾ ਵੇਖੇ ਨਾ ਅੱਛਾ ਜੀ ਇਹ 3-6 ਹੋ ਗਈਆਂ ਨੇ ਨਾ ਇਹ ਮਾਝ ਖੋਲੋ ਪਹਿਲਾਂ ਇਹ ਹੀ ਨੇ ਨਾ 6 ਜਿਹੜੀ ਵਿੱਕੀ ਆਓ ਭਾਈ ਜੀ ਹੁਣ ਜਿਹੜੀਆਂ ਵਿੱਕੀਆਂ ਨੇ ਉਹ ਸ਼ੁਰੂ ਕਰੀਏ ਆਓ ਜੀ ਲਿਆ ਮਾਝ ਜ਼ਰਾ ਮਾਝ ਨੰਬਰ 1 ਜਿਹੜੀ ਵਿੱਕੀ ਹੈ ਹਾਂ ਜੀ ਮਾਝ ਵਹਾ ਜੀ ਮਾਝ ਵਹਾ ਕੇ ਤੇ ਆ ਜਾਓ ਭਾਈ ਰਾਣਾ ਨਾਲ ਗੱਲ ਕਰਨੇ ਆ ਭਾਈ ਰਾਣਾ ਕੋਲ ਪੁੱਛਣੇ ਨੇ ਕਿੱਥੋਂ ਆਏ ਹੋ ਕਿਹੜੇ ਜਗ੍ਹਾ ਹੈ ਕੀ ਨਾਂ ਹੈ ਠੀਕ ਹੈ ਇੱਥੇ ਕਿਤਮੇ ਸੂਏ ਸੁਣਿਆ ਮਾਝ ਨੇ ਭਾਈ ਸਾਹਿਬ ਮੈਂ ਤ੍ਰੀਜੇ ਸੁਣਾ ਜੀ ਤ੍ਰੀਜੇ ਸੂਏ ਸੁਣਾ ਦਿਹਾੜੇ ਕਾਢ ਜੇ ਜੀ ਇਹ ਕਿ ਤਿਆਰ ਹੈ ਨਹੀਂ ਇਹ ਦਿਹਾੜੇ 10 ਲੈ ਦੀ ਆ ਅੱਛਾ ਤੇ ਇਹ ਕਿੰਨੇ ਦੀ ਦਿੱਤੀ ਹੈ ਉਹ ਦੱਸਣਾ ਪਸੰਦ ਕਰਨ ਦੇ ਜਾਂ ਨਹੀਂ ਉਹਨਾਂ ਕੋਲ ਕੋਈ ਜੀ ਉਹ ਫਿਰ ਮਾਈਕ ਤੇ ਪੁੱਛ ਲੈਂਦੇ ਆ ਮਾਈਕ ਆਵਣ ਦੀ ਉਸ ਇੱਧਰ ਆਓ ਜੀ ਉਹ ਲੜਕਾ ਲੈ ਕੇ ਹਾਂ ਜੀ ਭਾਈ ਜਾਨ ਅਸਲਾਮ ਅਲੈਕਮ ਜੀ ਕੀ ਹਾਲ ਹੈ ਜਨਾਬ ਬਸ ਠੀਕ ਠਾਕ ਕਿਹੜਾ ਲੱਗ ਹੈ ਜਨਾਬ ਦਾ ਗੁੱਜਰ ਖਾਨ ਗੁੱਜਰ ਖਾਨ ਅੱਗੇ ਮੁਦੱਸਰ ਦੇ ਡੇਰੇ ਤੇ ਤੁਹਾਡੇ ਨਾਲ ਮੇਰੇ ਮੁਲਾਕਾਤ ਹੋਈ ਹੈ
ਮੱਝਾਂ ਦੀ ਕਿੰਨੇ ਦੀ ਲਈ ਜੇ ਮਾਝ ਦੋ ਤਰੀਆਂ ਦੀ ਪੱਕੀ ਬੰਦਾ ਕੈਸਾ ਹੈ ਸ਼ਾਮ ਸ਼ਾਮ ਬਹੁਤ ਠੀਕ ਹੈ ਮੁਦੱਸਰ ਕੈਸਾ ਬੰਦਾ ਠੀਕ ਹੈ ਬੰਦਾ ਮਾੜਾ ਤੇ ਨਹੀਂ ਹੋ ਵੀ ਨਹੀਂ ਜਿਹੜੀ ਗੱਲ ਹੈ ਦੱਸੋ ਕੋਈ ਟੈਨਸ਼ਨ ਨਹੀਂ ਮੈਂ ਹਰ ਬੰਦੇ ਕੋਈ ਦੇ ਮੂੰਹ ਤੇ ਪੁੱਛਣਾ ਉਹਦਾ ਵੀ ਪੁੱਛ ਲੈਣਾ ਕਿ ਵੀਡੀਓ ਹੀ ਕੀ ਹੈ ਨਾ ਵੀਡੀਓ ਵੇਖੋ ਜੀ ਜਿਹੜੇ ਸਬਸਕ੍ਰਾਈਬਰ ਮੇਰੇ ਹਨ ਨਾ ਜਿਹੜੇ ਵੇਖਦੇ ਨਹੀਂ ਨੂਨ ਨੂੰ ਵੀ ਉਹ ਹੀ ਵੇਖਦੇ ਨੇ ਠੀਕ ਹੈ ਬੰਦਾ ਠੀਕ ਹੈ ਉਹ ਵੀ ਚਲੋ ਖੁਸ਼ੀ ਭਾਈ ਸਾਹਿਬ ਤਾਰੀਫ ਤੇ ਅੱਲਾ ਦੀ ਜ਼ਾਤ ਦੀ ਹੈ ਪਰ ਚੌਧਰੀ ਫਸਲ ਦਾ ਲੋੜ ਹੀ ਬੜੀ ਮਿਹਰਬਾਨੀ ਆਪਣਾ ਕੇ ਨਾ ਮੁਹੰਮਦ ਨਿਸਾਰ ਮਿਹਰਬਾਨੀ ਜਨਾਬ ਸ਼ੁਕਰੀਆ ਮੁਬਾਰਕਬਾਦ ਮਾਝ ਨੰਬਰ ਦੋ ਲਿਆਓ ਜੀ ਆਓ ਜੀ ਮਾਲਕ ਕਿਹੜੇ ਜੇ ਇਹਨਾਂ ਦੇ ਆ ਜਾਓ ਜੀ ਬਜ਼ੁਰਗ ਵੀ ਤੁਹਾਡੇ ਨਾਲ ਬਜ਼ੁਰਗਾਂ ਪਸੰਦ ਕੀਤੀ ਹੈ ਇੱਕ ਸ਼ਾਮ ਨੇ ਕੀਤੀ ਹੈ ਜਾਂ ਜੀ ਬਜ਼ੁਰਗਾਂ ਪਸੰਦ ਕੀਤੀ ਹੈ ਤੇ ਸ਼ਾਮ ਨੇ ਮਸ਼ਵਰਾ ਦਿੱਤਾ ਵੀ ਐ ਮਾ ਜਲੋ ਤੁਹਾਡੇ ਲਈ ਐ ਮਾ ਅੱਛਾ ਜਿਹੋ ਜਿਹਾ ਬੰਦਾ ਵੀਡੀਓ ਤੇ ਵੇਖਿਆ ਜੀ ਉਹੋ ਜਿਹਾ ਪਾਇਆ ਜੀ ਜੀ ਉਸੇ ਨਾਲ ਹੀ 10% ਉੱਤੇ ਉੱਤੇ ਪਾਇਆ ਜੀ ਠੀਕ ਹੈ ਕੀ ਕਹਿਣਾ ਚਾਹੁੰਦੀ ਇਹਦੇ ਬਾਰੇ ਮਾਸ਼ਾਅੱਲਾ ਜੀ ਸਾਨੂੰ ਫਖਰ ਹੈ ਕਿ ਸਾਡੇ ਜ਼ਿਲ੍ਹੇ ਗੁਜਰਾਤ ਦਾ ਇਤਨਾ ਨਾਮ ਰੋਸ਼ਨ ਹੈ ਜੀ ਤੇ ਅਲਹਮਦੁਲਿਲਾ ਅੱਗੋਂ ਇਸੇ ਤਰ੍ਹਾਂ ਹੀ ਚੱਲਦਾ ਰਹੇ ਤਾਂ ਇਹ ਇਤਸ਼ਾਮ ਦੀਆਂ ਮਜ਼ਾ ਨਹੀਂ ਸਾਡੀਆਂ ਮਜ਼ਾ ਨੇ ਮੇਰੇ ਚੈਨਲ ਦਾ ਇੱਕ ਨੰਬਰ ਹੀਰੋ ਬੰਦਾ ਜਾਂਦਾ ਜੇ ਪਿਆ ਜੀ ਬਿਲਕੁਲ ਇਸੇ ਤਰ੍ਹਾਂ ਹੀ ਦੂਜੇ ਨੰਬਰ ਤੇ ਚੌਧਰੀ ਮੁਦੱਸਰ ਹੈ ਪਤਾ ਨਹੀਂ ਸੁਣਦਾ ਪਿਆ ਵੇਖਦਾ ਪਿਆ ਜਾਂ ਨਹੀਂ ਇੱਕ ਨਾਂ ਉਹਦਾ ਵੀ ਆਏ ਜੀ ਬਿਲਕੁਲ ਗਾਵਾਂ ਵਿੱਚੋਂ ਦੂਸਰੇ ਨੰਬਰ ਤੇ ਉਹ ਜਾਂਦਾ ਪਿਆ ਲੇਕਿਨ ਚੈਨਲ ਤੇ ਦੂਸਰੇ ਨੰਬਰ ਤੇ ਗਾਵਾਂ ਵਿੱਚੋਂ ਪਹਿਲੇ ਨੰਬਰ ਤੇ ਹੋਏ ਠੀਕ ਹੈ ਤੇ ਮੱਝਾਂ ਵਿੱਚੋਂ ਫਿਰ ਇਹਦਾ ਜਿਹੜਾ ਨਾ ਰਿਕਾਰਡ ਜੀ ਅਲਹਮਦੁਲਿਲਾ ਸਾਨੂੰ ਫਖਰ ਹੈ ਉਹ ਪੂਰੇ ਵਰਲਡ ਤੇ ਬਿਲਕੁਲ ਠੀਕ ਹੈ ਭਾਈ ਜਰ ਸਿਗਰਟ ਵੀਡੀਓ ਦੀ ਬਾਤ ਲਾਣਾ ਮਿਹਰਬਾਨੀ ਅੱਛਾ ਰਿਕਾਰਡ ਨੰਬਰ 1 ਹੈ ਜੀ ਠੀਕ ਹੈ ਗਾਵਾਂ ਵੱਲੋਂ ਉਹ ਰੱਖ ਲਓ ਲੇਕਿਨ ਗੱਲ ਫਿਰ ਤੁਹਾਡੇ ਕੋਲ ਮੈਂ ਨਹੀਂ ਆ ਸਕਦਾ ਭਰਾ ਇਹ ਹੁਣ ਮੈਂ ਪੇਪਰ ਐਡਾ ਲਿਖ ਕੇ ਰੱਖਿਆ ਭਰਾ ਕੋਈ ਇਤਰਾਜ਼ ਨਾ ਕਰੇ ਠੀਕ ਹੈ ਤੇ ਇਨਸ਼ਾਅੱਲਾ ਜਨਾਬ ਕਿੰਨੇ ਦੀ ਮਾਝ ਦੱਸਣਾ ਪਸੰਦ ਕਰੋ ਤੇ ਅਗਾ ਵੇਚਣੀ ਹੈ ਜੇ ਵੇਚਣੀ ਹੈ ਤੇ ਮੇਰੀ ਕੋਈ ਆਈ ਸਾਹਿਬ ਅਸਾਂ 2.5 ਲੱਖ ਦੀ ਮਾਝ ਲਈ ਹੈ ਠੀਕ ਹੈ ਲੇਕਿਨ ਉਹਨਾਂ ਜਿੰਨੇ ਦੀ ਮਾਝ ਹੈ ਉਸ ਤੋਂ ਸਾਨੂੰ ਘੱਟ ਦਿੱਤੀ ਹੈ ਮਿਹਰਬਾਨੀ ਬਹੁਤ ਸ਼ੁਕਰੀਆ ਅੱਲਾ ਪਾਕ ਤੁਹਾਡੇ ਨਸੀਬ ਕਰੇ ਮੁਬਾਰਕਬਾਦ ਹੈ ਮਾਝ ਨੰਬਰ 3 ਲਿਆਓ ਜੀ ਇਹ ਭਾਈ ਸ਼ਾਮ ਦੇ ਮੇਰੇ ਆਪਣਾ ਵੀ ਨਹੀਂ ਗਲੇ ਕਲਿਆਣੇ ਦੇ ਠੀਕ ਹੈ ਠੀਕ ਹੈ ਕਿੱਧਰ ਗਏ ਨੇ ਇੱਕ ਸ਼ਾਮ ਸਾਹਿਬ ਤੁਰ ਗਏ ਨੇ ਮਾਝ ਨਾ ਤੁਰ ਗਏ ਨੇ ਸੌਦਾ ਕਰਕੇ ਨਾ ਤੁਰ ਗਏ ਅੱਛਾ ਪੇਪਰ ਤੇ ਯਾਰ ਬੰਦਿਆਂ ਨੇ ਨਾ ਇਸ ਗੱਲ ਲਿਖੇ ਨੇ ਜਿਹੜੇ ਭਰਾ ਦਾ ਨਾਂ ਰਿਹਾ ਜੇ ਇਤਰਾਜ਼ ਕਰਦੇ ਨੇ ਲੇਕਿਨ ਲਿਖੇ ਥੋੜੇ ਨੇ ਜਿਹੜੀ ਲਿਮਟ ਦੇ ਅੱਜ ਲਿਖੇ ਨੇ ਇਸੇ ਲਿਮਟ ਦੇ ਅਗਲੀ ਕਿਸ਼ਤ ਵਿੱਚ ਲਿਖਣੇ ਨੇ ਫਿਰ ਟਾਈਮ ਜਿਹੜਾ ਨਾ ਸਾਰਾ ਨਹੀਂ ਰਹਿੰਦਾ ਤੇ ਸਾਰੇ ਭਰਾ ਆ ਜਾਓ ਇੱਕ ਵਾਰੀ ਤੇ ਕੁਰਸੀਆਂ ਛੱਡੋ ਜ਼ਰਾ ਕੋਈ ਜ਼ਹਿਮਤ ਦੇ ਆਪਣੇ ਆਪ ਨੂੰ ਦਿਓ ਯਾਰ ਅਸੀਂ ਵੀ ਪਾਲੇ ਵਿੱਚ ਆਏ ਹਾਂ ਅਸੀਂ ਫਿਰਨੇ ਹਾਂ ਫਿਰ ਆ ਜਾਓ ਤੁਸੀਂ ਵੀ 2 ਮਿੰਟ ਸਾਡੇ ਕੋਲ ਚਲੋ ਜੀ ਸੁਣ ਲਿਓ ਤੁਸੀਂ ਹਾਂਜੀ ਜਨਾਬ 2-3 ਐਲਾਨ ਨੇ ਉਹ ਵੀ ਸੁਣ ਲੈਣੇ ਨੇ ਬਾਕੀ ਭਰਾਵਾਂ ਦੇ ਪੈਗਾਮ ਨੇ ਸਲਾਮ ਨੇ ਠੀਕ ਹੈ ਤੇ ਅੱਧੇ ਬੰਦੇ ਆ ਸਾਈਡ ਤੇ ਆਓ ਇੱਕ ਸਾਈਡ ਭਾਰੀ ਨਾ ਕਰੋ ਆਜੋ ਆਜੋ ਆਜੋ
ਥੋੜਾ ਪਿੱਛੇ ਹੋ ਜਾ ਬਿਲਾਲ, ਸਾਰੇ ਬੰਦੇ ਨਾ ਵਿੱਚਾਂ ਵਾਲ ਜ਼ੂਮ ਕਰਕੇ ਨਾ ਇੱਕ ਵਾਰੀ ਮੈਂ ਸਲਾਮ ਜੀ ਵੀਡੀਓ ਵਿੱਚ ਵੀ ਇਹ ਜਫਾ ਜੀ ਮਾਰਨਾ ਸ਼ਾਮ ਨੂੰ, ਠੀਕ ਹੈ ਮੇਰੀ ਤਰਫੋਂ ਚਾਹ ਦਾ ਵੀ ਕਹਿਣਾ ਹੈ, ਠੀਕ ਹੈ ਸਾਰੇ ਭਰਾਵਾਂ ਨੂੰ ਮੈਂ ਕਿਹਾ ਜੀ ਬੜੀ ਮਿਹਰਬਾਨੀ। ਅੱਗੇ ਜਨਾਬ ਇੱਕ ਹੋਰ ਇਸੇ ਤਰ੍ਹਾਂ ਤੁਹਾਡੇ ਚਾਹਣ ਵਾਲਾ, ਉਹਨਾਂ ਦਾ ਫੋਨ ਆਇਆ, ਨਾਂ ਨਹੀਂ ਲਿਖ ਸਕਿਆ, ਮੈਂ ਨਾਂ ਲੈ ਸਕਦਾ, ਸਪੇਨ ਦੀ, ਠੀਕ ਹੈ ਆਲਮ ਕੀਮ ਸਪੇਨ ਪਿੰਡ ਉਹਨਾਂ ਦਾ ਜਨਾਬ ਹੈ ਜੀ ਆਪਣਾ ਮੰਡੀਰ, ਠੀਕ ਹੈ ਆਸਫ ਨਾਂ ਹੈ ਜਨਾਬ, ਆਸਫ ਦੋਵਾਂ ਪਿਓ ਪੁੱਤਰਾਂ ਨੂੰ ਜੀ ਸਲਾਮ ਦਿੰਦਾ ਜਨਾਬ, ਤੇ ਪ੍ਰੋਗਰਾਮ ਵੀ ਵੇਖਦਾ ਔਰ ਖੁਸ਼ ਹੁੰਦਾ, ਕਹਿੰਦਾ ਕਿ ਗੁਜਰਾਂ ਦੀ ਸ਼ਾਨ ਹੈ ਸਾਨੂੰ ਖੁਸ਼ੀ ਹੁੰਦੀ ਹੈ, ਠੀਕ ਹੈ। ਤੇ ਇਸੇ ਤਰ੍ਹਾਂ ਜਨਾਬ ਚੌਧਰੀ ਸਾਜਿਦ ਸਾਹਿਬ ਨੇ ਪਿੰਡ ਉਹਨਾਂ ਦਾ ਹੈ ਜੇ ਆਪਣਾ ਗਲੋਟੀਆਂ, ਠੀਕ ਹੈ ਗਲੋਟੀਆਂ ਦੇ ਨੇ ਜਨਾਬ ਚੌਧਰੀ ਸਾਜਿਦ ਸਾਹਿਬ ਮਸਕਤ ਦੀ ਉਹ ਪ੍ਰੋਗਰਾਮ ਦੇਖਦੇ ਨੇ, ਉਹਨਾਂ ਕਿਹਾ ਜੀ ਸ਼ਾਮ ਨੂੰ ਜ਼ਰੂਰ ਨਾ ਮੇਰਾ ਲੈਣਾ, ਸਲਾਮ ਵੀ ਦੇਣਾ। ਲਓ ਜਨਾਬ ਤੇ ਸਾਰਿਆਂ ਤੱਕ ਤੇ ਤਕਰੀਬਨ 5-7 ਮਿੰਟ ਦਾ ਸਿਲਸਿਲਾ ਚੱਲ ਜਾਂਦਾ, ਬਾਕੀ ਮੈਂ ਕੋਸ਼ਿਸ਼ ਕਰਨਾ ਕਿ ਹਰ ਭਰਾ ਜਿਹੜਾ ਨਾ 5-10 ਨਾਂ ਜਿਹੜੇ ਨੇ ਉਹ ਮੈਂ ਲੈ ਕੇ ਆਵਾਂ, ਤੇ ਜਿੰਨੇ ਵੀ ਸਬਸਕ੍ਰਾਈਬਰ ਨੇ ਮੇਰੀ ਤਰਫ ਸਾਰਿਆਂ ਨੂੰ, ਇਖਤਸ਼ਾਮ ਦਾ ਉਦੈਪੂ ਦਾ ਔਰ ਜਿੰਨੇ ਭਰਾ ਮੌਜੂਦ ਨੇ ਸਾਰਿਆਂ ਦਾ ਮੇਰੀ ਤਰਫੋਂ, ਔਰ ਖਾਸ ਕਰਕੇ ਰਾਜਾ ਜਾਨੀ ਰਾਜਾ ਬਿਸ਼ਾਰਤ ਸਾਹਿਬ ਨੇ ਕਿਹਾ ਕਿ ਮੇਰਾ ਸਾਰਿਆਂ ਸਬਸਕ੍ਰਾਈਬਰਾਂ ਨੂੰ ਇਹ ਸਲਾਮ ਵੀ ਹੋਵੇ ਤੇ ਮੁਬਾਰਕਬਾਦ ਉਹਨਾਂ ਨੂੰ ਦੇਣੀ ਹੈ ਸਾਰਿਆਂ ਨੂੰ ਕਿ ਜਿਹਨਾਂ ਨੂੰ ਇਹੋ ਜਿਹਾ ਇੱਕ ਮੇਜ਼ਬਾਨ ਲੱਭਿਆ। ਬਾਕੀ ਇਹ ਰਾਜਾ ਸਾਹਿਬ ਤੁਹਾਡੀ ਮੁਹੱਬਤ ਤੇ ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ ਅੱਲਾਹ ਪਾਕ ਤੁਹਾਨੂੰ ਪੁੱਛ ਰੱਖੇ। ਤੇ ਲਓ ਜਨਾਬ ਇਸੇ ਵੀਡੀਓ ਦੇ ਨਾਲ ਦਿਓ ਇਜਾਜ਼ਤ, ਅਗਲੀ ਵੀਡੀਓ ਦੇ ਨਾਲ ਮੁਲਾਕਾਤ ਜ਼ਰੂਰ ਹੋਵੇ ਜੀ। ਰੱਬ ਰੱਖਾ ਉਹ ਪਾਕ ਆਰਮੀ ਜਨਾਬ ਜਿਹੜੀ ਬਜ਼ੁਰਗਾਂ ਨੇ ਕਹਿ ਦਿੱਤਾ ਕਿ ਪਾਕ ਆਰਮੀ ਦਾ ਜਿਹੜਾ ਨਾ ਉਹ ਜ਼ਰੂਰ ਇੱਜ਼ਤ ਵੀ ਕਰਨੀ ਹੈ ਔਰ ਉਹਨਾਂ ਦਾ ਇਹਤਰਾਮ ਸਾਡੇ ਤੇ ਲਾਜ਼ਮ ਹੈ, ਕਿਉਂਕਿ ਇੱਕ ਮਜ਼ਲੂਮ ਅਦਾਰਾ ਹੈ ਜਿਹਦੇ ਸਿਰ 'ਤੇ ਮੌਜਾਂ ਕਰਨੇ ਆਪਣੇ ਸਾਰੇ ਭਰਾ। ਅਤੇ ਇਸੇ ਤਰ੍ਹਾਂ ਆਜ਼ਾਦ ਕਸ਼ਮੀਰ ਵਾਲਿਆਂ ਨੂੰ ਵੀ ਆਜ਼ਾਦੀ ਦੀ ਖੁਸ਼ੀ ਦੇ, ਉਹ ਵੀ ਸਾਡੀ ਤਰ੍ਹਾਂ ਆਪਣੀਆਂ ਖੁਸ਼ੀਆਂ ਵੀ ਮਨਾਉਣ ਅਤੇ ਆਪਣੇ ਕੰਮ ਮਾਮਲਾਤ ਇਸੇ ਤਰ੍ਹਾਂ ਉਹਨਾਂ ਨੂੰ ਅੱਲਾਹ ਤਾਲਾ ਉਹਨਾਂ ਦੇ ਗੈਬਾਨਾਂ ਨੂੰ ਮਦਦ ਫਰਮਾਏ, ਮੈਂ ਇਹ ਦੁਆ ਕਰ ਸਕਣਾ। ਲਓ ਜਨਾਬ ਇਸੇ ਵੀਡੀਓ ਦੇ ਨਾਲ ਇਜਾਜ਼ਤ ਦਿਓ, ਰੱਬ ਰੱਖਾ ਅੱਲਾਹ ਸੋਹਣੇ ਦੇ ਹਵਾਲੇ, ਨਾਅਰੇ ਦਾ ਜ਼ਰੂਰ ਵਾਦ ਆਵੇ ਪਾਕਿਸਤਾਨ ਜਿੰਦਾਬਾਦ। ਸਾਰਿਆਂ ਭਰਾਵਾਂ ਨੂੰ ਇਕੱਠੀਆਂ ਲਿਆਉਣਾ ਵੀਡੀਓ ਵਿੱਚ। ਲਓ ਜਨਾਬ ਸਭ ਤੋਂ ਪਹਿਲਾਂ ਤਾਂ ਦੋ ਤਰ੍ਹਾਂ ਮੈਸੇਜ ਨੇ ਉਹ ਸੁਣ ਲੈਣੇ ਨੇ, ਇੱਕ ਸ਼ਾਮ ਤੇਰੇ ਕੋਲ ਕੋਈ ਮੈਸੇਜ ਆਇਆ ਤੇ ਉਹ ਵੀ ਦੇ ਸਕਦਾ। ਜੀ ਬਿਲਕੁਲ ਬਿਲਕੁਲ ਮੈਸੇਜ ਆ ਤੇ ਵੀ ਦੇ ਲਓ। ਅੱਛਾ ਜੀ ਮੈਂ ਦੇ ਲੈਣਾ ਜਨਾਬ। ਦੋ ਮੈਸੇਜ ਤੇ ਪਹਿਲਾਂ ਇਸ ਤਰ੍ਹਾਂ ਨੇ ਕਿ ਦੋ ਚੈਨਲ ਨੇ ਉਹ ਤੁਸੀਂ ਅੱਗੇ ਸੁਣਦੇ ਹੋ ਪਏ, ਲੇਕਿਨ ਇੱਕ ਨਾਮ ਵਿੱਚ ਹੋਰ ਨਵਾਂ ਆਇਆ ਆਪਣਾ ਇਤਮਾਦ ਟੀਵੀ ਆਇਆ, ਉਹ ਵੀ ਇਸੇ ਤਰ੍ਹਾਂ ਨੰਬਰ ਵੀ ਦੇ ਰਿਹਾ, ਮਿਹਨਤ ਵੀ ਕਰ ਰਿਹਾ ਤੇ ਰਾਬਤਾ ਵੀ ਜਿਹੜਾ ਡਾਇਰੈਕਟ ਮਾਲਕ ਨਾਲ ਕਰਵਾਉਂਦਾ ਪਿਆ ਤੇ ਫੈਸਲਾਬਾਦ ਦੇ ਬੰਦੇ ਦਾ ਨਾਮ ਮਨਜ਼ੂਰ ਅਹਿਮਦ, ਉਹਦੇ ਚੈਨਲ ਨੂੰ ਵੀ ਹੌਸਲਾ ਅਫਜ਼ਾਈ ਵੀ ਕਰਨੀ ਹੈ, ਸਬਸਕ੍ਰਾਈਬ ਵੀ ਉਹਦੇ ਚੈਨਲ ਨੂੰ ਕਰਨਾ। ਨਾਲ ਜਨਾਬ ਮੇਰਾ ਸ਼ੀਰ ਦੇ ਖਾਸ ਹੈ, ਉਹਨੇ ਉਸਤਾਦ ਬਣਾ ਛੜਿਆ ਤੇ ਅੱਲਾ ਪਾਕ ਉਹਨੂੰ ਸਿਹਤ ਦੇ, ਤੰਦਰੁਸਤੀ ਦੇ, ਇੱਜ਼ਤ ਕਰਦਾ ਆਪਣੇ ਜ਼ਿਹਨ ਨਾਲ ਸੋਚ ਕੇ ਉਹਨੇ ਕਹਿ ਦਿੱਤਾ। ਤੇ ਆਰਫ ਆਏ ਦਿੱਲੀ ਦੇ ਗੜ ਵਿੱਚ ਜਾਣਾ, ਉਹ ਇਸ ਵੇਲੇ ਵੱਸਦਾ ਪਿਆ, ਨੰਬਰ ਵੀ ਮਾਲਕ ਨੇ ਦਿੰਦਾ ਪਿਆ ਔਰ ਲੜਦਾ ਵੀ ਹੈ ਪਿਆ। ਤੇ ਜਨਾਬ ਉਹਦੇ ਚੈਨਲ ਦਾ ਨਾਂ ਹੈ ਗੌਰ ਅਲੀ ਨਿਓਲ, ਗੌਰ ਅਲੀ ਨਿਓਲ, ਠੀਕ ਹੈ ਠੀਕ ਹੈ ਜੀ। ਇਹ ਜਿਹੜੇ ਨੇ ਨਾ ਨੰਬਰ ਜਿਹੜੇ ਚੈਨਲ ਆਏ, ਸਾਡਾ ਕਿਸੇ ਭਰਾ ਨਾਲ ਇਖਤਲਾਫ ਨਹੀਂ, ਜਿਹੜਾ ਬੰਦਾ ਮਾਲਕ ਦਾ ਨੰਬਰ ਦਿੰਦਾ ਨਾ ਪਿਆ ਉਹਨੂੰ ਪਰਖੋ, ਉਹਨੂੰ ਸਬਸਕ੍ਰਾਈਬ ਵੀ ਕਰੋ, ਉਹਦੀ ਹੌਸਲਾ ਅਫਜ਼ਾਈ ਕਰੋ, ਲੇਕਿਨ ਜਿਹਨਾਂ ਦਾ ਮੈਂ ਆਪਣਾ ਪਿਆ ਇਹਨਾਂ 'ਤੇ ਸ਼ਫਕਤ ਕਰਨੀ ਹੈ, ਮਿਹਰਬਾਨੀ ਵੀ ਕਰਨੀ ਹੈ। ਜਾ ਬਿਲਕੁਲ ਇਹੀ ਕੋਸ਼ਿਸ਼ ਕਰੋ, ਕਿਉਂਕਿ ਅਗਲੇ ਨੂੰ ਆਖੋ ਮਾਲਕ ਦੀ ਚੀਜ਼ ਹੈ ਸਾਡਾ ਉਹਦੇ ਸਾਹਮਣੇ ਬਣ ਜਾਂਦਾ, ਉਹਦਾ ਮਾਲਕ ਦਾ ਪਤਾ ਚੱਲ ਜਾਂਦਾ ਹੈ, ਗਾਹਕੀ ਕੋ ਜਾਏਗਾ ਦੀਤ ਜ਼ਿਆਦਾ ਕਰਨਾ ਘੱਟ ਕਰਨਾ, ਤੇ ਉਹ ਜਿਹੜਾ ਬੰਦਾ ਨੰਬਰ ਨਹੀਂ ਦਿੰਦਾ ਦੇਣਾ ਇਹਨੂੰ ਕੀ ਪਤਾ ਕਿਹਦੇ ਕੋਲ ਗਈਏ ਕਿਹਦੇ ਕੋਲ ਆਈਏ, ਨੰਬਰ ਹੋਵੇ ਪਤਾ ਚੱਲ ਜਾਂਦਾ। ਹਾਂ ਜੀ ਗੌਰ ਅਲੀ ਨੋਰ ਟੀਵੀ ਹੈ ਜਨਾਬ ਨੀਲੀ ਦਾ, ਇਹਨੂੰ ਸਬਸਕ੍ਰਾਈਬ ਕਰਨਾ, ਨਾਲ ਇਤਮਾਦ ਟੀਵੀ ਹੈ ਆਪਣਾ ਫੈਸਲਾਬਾਦ ਦਾ ਮਕਸੂਦ ਆਪਣਾ ਮਨਜ਼ੂਰ ਅਹਿਮਦ ਦਾ, ਇਹਨੂੰ ਵੀ ਸਬਸਕ੍ਰਾਈਬ ਕਰਨਾ। ਸ਼ਾਮ ਨੇ 92 ਦਾ ਕਹਿ ਦਿੱਤਾ, 92 ਨਹੀਂ ਮਾਲੇ, ਅਤੇ ਇਸੇ ਤਰ੍ਹਾਂ ਜਨਾਬ ਨਾਲ ਲੈ ਕੇ ਚੱਲਣਾ। ਅਤੇ ਅੱਛਾ ਜੀ ਅੱਗੇ ਸਿਲਸਿਲਾ ਆ ਗਿਆ ਜਨਾਬ ਰਾਜਾ ਬਿਸ਼ਾਰਤ ਸਾਹਿਬ ਨੇ ਜੀ, ਜਾਣੀ ਪਹਿਚਾਣੀ ਸ਼ਖਸੀਅਤ ਨੇ ਜਿਹੜੇ, ਮੈਂ ਨਾਂ ਉਹਨਾਂ ਦਾ ਤਖੱਲਸ ਲੈਣਾ ਤੁਹਾਨੂੰ ਪਤਾ ਲੱਗ ਜਾਏਗਾ। ਰਾਜਾ ਜਾਨੀ ਫਰਮ ਆਪਣਾ ਜਰਮਨ ਰਾਵਲਪਿੰਡੀ ਜੀ, ਇਹ ਪੂਰੇ ਸਬਸਕ੍ਰਾਈਬਰ ਜਿੰਨੇ ਹਨ ਸਾਰਿਆਂ ਨੂੰ ਸਲਾਮ ਵੀ ਪੇਸ਼ ਕਰਦੇ ਨੇ ਤੇ ਦੋਵੇਂ ਪਿਓ ਪੁੱਤਰਾਂ ਨੂੰ ਸਲਾਮ ਪੇਸ਼ ਕਰਦੇ ਨੇ। ਨਾਲੇ ਜਨਾਬ ਜਿਹੜਾ 500 ਮਾਝ ਤੁਸੀਂ ਵੇਚੀ ਉਹਦੀ ਮੁਬਾਰਕਬਾਦ ਦਿੰਦੇ ਜਵਾਬ।
ਅੱਗੇ ਜਨਾਬ ਤੁਹਾਡੇ ਚਾਹਣ ਵਾਲੇ ਨੇ ਖਾਸ ਕਰਕੇ ਚੌਧਰੀ ਅਰਸ਼ਦ ਸਾਹਿਬ ਤੁਹਾਡੇ ਕੋਈ ਖਲਾਕ ਚਕੋੜੀ ਬਿਲੋਵਾਲ ਦਾ ਜੀ ਉਹ ਸਲਾਮ ਹੋ ਗਿਆ ਜਨਾਬ ਤੁਹਾਡੀ ਤਰਫੋਂ ਉਹਨਾਂ ਦੀ ਤਰਫੋਂ ਤੁਸੀਂ ਸੁਣ ਲਿਆ ਅੱਗੇ ਜ਼ਰਦਾਰ ਜਨਾਬ ਐਬਟਾਬਾਦ ਬੂਟਿਆਂ ਵਾਲੀ ਇਖਤਸ਼ਾਮ ਸਾਹਿਬ ਤੁਹਾਡਾ ਇਸਲਾਮ ਹੈ ਜੀ ਠੀਕ ਹੈ ਜਨਾਬ ਅੱਗੇ ਸ਼ੇਰੀ ਗੋਂਦਲ ਜਨਾਬ ਤਹਿਸੀਲ ਮਲਕਵਾਲ ਜ਼ਿਲ੍ਹਾ ਮੰਡੀ ਬਹਾਵਲਦੀਨ ਠੀਕ ਹੈ ਪਿੰਡ ਸ਼ਬਾਜ਼ਪੁਰਾ ਠੀਕ ਹੈ ਤੁਹਾਡਾ ਇਸਲਾਮ ਹੈ ਜੀ ਅੱਗੇ ਜਨਾਬ ਆ ਗਿਆ ਹਸਨੈਨ ਅਲੀ ਮਨਕਾਣਾ ਸਾਹਿਬ ਇਹ ਜਨਾਬ ਇਖਤਸ਼ਾਮ ਸਾਹਿਬ ਤੇ ਤੁਹਾਡਾ ਬਜ਼ੁਰਗਾਂ ਦੋਵਾਂ ਪਿਓ ਪੁੱਤਰ ਦਾ ਸਲਾਮ ਹੈ ਜੀ ਦੋਵੇਂ ਤੁਹਾਡੇ ਪਰਵਾਨੇ ਨੇ ਜਨਾਬ ਵੀਡੀਓ ਦੀ ਚਾਹਤ ਹੈ ਅੱਗੇ ਜਨਾਬ ਅਬਦੁਲ ਮਨਾਫ ਸਾਹਿਬ ਆ ਗਏ ਜੀ 18 ਚੱਕ ਸਰਗੋ ਦਾ ਜਨਾਬ ਤੁਹਾਡੇ ਨਾਲ ਰਾਬਤਾ ਹੋਇਆ ਹੋਵੇ ਦਾ ਲੇਕਿਨ ਮੈਂ ਉਹਨਾਂ ਦੇ ਨਾਂ ਇਸੇ ਗੱਲੇ ਲਿਖੇ ਨੇ ਜੀ ਜੀ ਅੱਛਾ ਜਨਾਬ ਬਿਲਾਲ ਗੋਜਰਾ ਠੀਕ ਹੈ ਅੱਗੇ ਜਨਾਬ ਆਬਦ ਤੇ ਅਜ਼ਹਰ ਤੇ ਰਹਿਮਤ ਖਾਂ ਇਹ ਭਾਈ ਅਬਦੁਲ ਮਨਾਫ ਨੇ ਨਾਂ ਲਿਖਾਏ ਨੇ ਤੇ ਅਬਦੁਲ ਮਨਾਫ ਹੋਰ ਜੀ ਤੁਹਾਨੂੰ ਬਹੁਤ ਜ਼ਿਆਦਾ ਚਾਹਣ ਵਾਲੇ ਨੇ ਇੱਥੋਂ ਹੀ ਗਏ ਨੇ ਦੇਵਨੇ ਦਾਦਕਾ ਨਾਨਕ ਉਹਨਾਂ ਦਾ ਦੇਵਨਾ ਹੈ ਠੀਕ ਹੈ ਜੀ ਉੱਥੇ ਟੁਰ ਗਏ ਨੇ ਅੱਗੇ ਜਨਾਬ ਆ ਗਏ ਨੇ ਜੀ ਉਸਮਾਨ ਮਸਕਤ ਅਮਾਨ ਜ਼ਿਲ੍ਹਾ ਸ਼ੇਖੂਪੁਰਾ ਠੀਕ ਹੈ ਅੱਗੇ ਜਨਾਬ ਆ ਗਏ ਨੇ ਫਖਰ ਅਬਾਸ ਮੈਂ ਲਿਸਟ ਮੁਕੰਮਲ ਕਰ ਲਈ ਲੇਕਿਨ ਉਹਨਾਂ ਸੁਬਹਾ ਫੋਨ ਕੀਤਾ ਉਹਨਾਂ ਆਖਿਆ ਹਾਜੀ ਸਾਹਿਬ ਫਖਰ ਅਬਾਸ ਵਲਦ ਮੁਹੰਮਦ ਯਕੂਬ ਚਕਵਾਲ ਇਹ ਸਾਡਾ ਸਲਾਮ ਜ਼ਰੂਰ ਪੇਸ਼ ਕਰਨਾ ਔਰ ਅਸੀਂ ਸਾਰੀ ਫੈਮਿਲੀ ਤੁਹਾਡੀ ਵੀਡੀਓ ਬਹਿ ਕੇ ਤੇ ਅਸੀਂ ਦੇਖਦੇ ਵਾਲੇਕੁਮ ਸਲਾਮ ਜੀ ਇਰਫਾਨ ਸਾਹਿਬ ਇੱਕ ਮੇਰਾ ਭਾਈ ਹੈ ਮੇਰਾ ਬਚਪਨ ਦਾ ਦੋਸਤ ਵੀ ਹੈ ਜਿਸ ਤਰ੍ਹਾਂ ਸਮਝ ਲਓ ਸੱਕਾ ਮੇਰਾ ਭਾਈ ਹੈ ਆਲਕੀ ਮੇਨ ਹੈ ਜੀ ਉਹਨੂੰ ਮੈਂ ਸਲਾਮ ਦੇਣਾ ਚਾਹੁੰਦਾ ਸੀ ਉਹਨੇ ਉਹ ਤੁਹਾਨੂੰ ਦਿੱਤਾ ਹੈ ਜੀ ਵਾਲੇਕੁਮ ਸਲਾਮ ਚੌਧਰੀ ਉਸਮਾਨ ਜੀ ਵਾਲੇਕੁਮ ਸਲਾਮ ਜੀ ਗੁੱਜਰ ਸਾਹਿਬ ਅਸਲਾਮ ਅਲੈਕੁਮ ਅੱਛਾ ਜਨਾਬ ਤੁਹਾਡਾ ਵੀ ਇੱਕ ਅਜ਼ੀਜ਼ ਹੈ ਤੁਹਾਡਾ ਲੰਗੋਟੀਆ ਯਾਰ ਹੈ ਐਂਡ ਤੇ ਇਸ ਗੱਲੇ ਨਾਂ ਲੈ ਰਿਹਾ ਤੁਹਾਡਾ ਨਾਲ ਫ੍ਰੀ ਹੋ ਇਮਰਾਨ ਆਪਣਾ ਇਰਫਾਨ ਗੁੱਜਰ ਜੀ ਬਿਲਕੁਲ ਸਮਝ ਪਿੰਡੀ